ਸਾਰਿਆਂ ਨੂੰ ਜਿੱਦਾਂ ਹੁਣ ਆਪਣਾ ਵੀਡੀਓ ਦਾ ਸਿਲਸਿਲਾ ਚਾਲੂ ਹੋਇਆ ਹੋਇਆ ਕੱਲ ਕਿਸੇ ਸੱਜਣ ਮਿੱਤਰ ਨੇ ਕਮੈਂਟ ਕੀਤਾ ਸੀ ਲਾਈਵ 'ਚ ਕਿ ਬਾਈ CRDI ਬਾਰ ਦੀਆਂ ਜਿਹੜੀਆਂ ਮੰਨ ਲਓ 'ਚ ਕੋਈ ਦਿੱਕਤਾਂ ਆ ਸਕਦੀਆਂ ਨੇ ਪੋਸੀਬਿਲਟੀ ਹੈਗੀ ਆ ਜਾਂ ਉੱਦਾਂ ਲੋਕਾਂ 'ਚ ਪਰਸੈਪਸ਼ਨ ਬਣੀ ਹੋਈ ਆ ਉਹਦੇ ਮੁਤਾਬਕ ਲਾ ਲਓ ਹੈ ਨਾ ਵੀ ਯਾਰ CRDI ਦੀ ਦੱਸੋ ਹੈ ਨਾ ਹੁਣ ਜ਼ਿਮੀਦਾਰਾਂ ਦੇ ਮਨ 'ਚ ਦਚਿੱਤੀ ਵੀ ਆ ਬਹੁਤ ਵੱਡੀ ਕਿ ਬਾਈ CRDI ਲਈਏ ਇੱਕ DI ਲਈਏ ਇਹਦੀ ਆਪਾਂ ਨੇ ਇੱਕ ਸੀਰੀਜ਼ ਬਣਾ ਲੈਣੀ ਆ ਹੈ ਨਾ ਸੀਰੀਜ਼ ਦੇ ਮੁਤਾਬਕ ਆਪਾਂ ਇਕੱਲੀਆਂ ਇਕੱਲੀਆਂ ਚੀਜ਼ਾਂ ਦੱਸਾਂਗੇ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਹੈਗੀ ਆ ਯੰਗਸਟਰਸ ਨੇ ਜਿਹੜੇ ਯੰਗ ਮੁੰਡੇ ਜਿਨ੍ਹਾਂ ਨੂੰ ਸ਼ੌਕ ਹੈ ਮਿਊਜ਼ਿਕ ਸਿਸਟਮ ਲਵਾਉਣ ਦਾ ਵੱਡਾ ਡੈੱਕ ਲਵਾਉਣ ਦਾ ਲਾਈਟਾਂ ਵਟ ਐਵਰ ਜੋ ਵੀ ਹੁੰਦਾ ਮੰਨ ਲਓ ਐਕਸੈਸਰੀ ਜਿਹੜੀ ਇਲੈਕਟ੍ਰਿਸਿਟੀ ਨਾਲ ਚੱਲਦੀ ਆ ਇਲੈਕਟ੍ਰੋਨਿਕ ਜਿਹੜੀ ਐਕਸੈਸਰੀ ਆ ਸਮਝੋ ਗੱਲ ਮੈਂ ਇਹਦਾ ਬਿਲਕੁਲ ਮਦਈ ਹੈ ਨਹੀਂ ਮੇਰੇ ਟਰੈਕਟਰਾਂ ਦੇ ਵੀ ਡੈੱਕ ਲੱਗੇ ਹੋਏ ਨੇ ਮੈਂ ਨਹੀਂ ਕਹਿੰਦਾ ਕਿ ਮੈਂ ਡੈੱਕ ਨਹੀਂ ਲਾਉਂਦਾ ਪਰ ਮੈਂ ਇਸ ਚੀਜ਼ ਦਾ ਮਦਈ ਹੈ ਨਹੀਂ ਕਿ ਭਾਈ ਬੜੇ ਬੜੇ ਮਿਊਜ਼ਿਕ ਸਿਸਟਮ ਲਾਓ ਥੋੜ੍ਹਾ ਜਿਹਾ ਇਹ ਵੀ ਰੌਲਾ ਵੀ ਪਿਆ ਸੀ ਅਤੇ ਇਹ 'ਚ ਸੱਚਾਈ ਵੀ ਆ ਕਿ ਜਿਹੜੀ ਜੌਂਡੀਅਰ ਆ ਜੌਂਡੀਅਰ ਨੇ ਸਾਫ਼ ਜਵਾਬ ਦੇ ਤਾ ਵੀ ਡੈੱਕ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕੱਲ੍ਹ ਨੂੰ ਜੇ ECM ਨੂੰ ਕੋਈ ਦਿੱਕਤ ਆ ਗਈ ਅਗਲੀ ਗੱਲ ਇਹ ਵੀ ਦੇਖਣੀ ਹੋਊਗੀ ਹੈ ਨਾ ਵੀ ਜਿਹੜੀ ਆਪਾਂ ਐਕਸੈਸਰੀ ਲਾਵਾਂਗੇ ਇਲੈਕਟ੍ਰੋਨਿਕ ਹੈ ਨਾ ਮਿਊਜ਼ਿਕ ਸਿਸਟਮ ਲਾਉਂਦੇ ਹਾਂ ਲਾਈਟਾਂ ਜੋੜਦੇ ਹਾਂ ਵੀ ਉਹਦੀ ਕੰਪਨੀ ਗਰੰਟੀ ਵਾਰੰਟੀ ਦਿੰਦੀ ਆ ਇਹ ਜ਼ਰੂਰ ਦੇਖਣਾ ਪਊਗਾ ਕਾਰਾਂ 'ਚ ਤਾਂ ਇਹ ਹੈਗਾ ਕਿ ਜੇ ਐਕਸਟਰਾ ਐਕਸੈਸਰੀ ਕੋਈ ਲੱਗੀ ਹੋਈ ਆ ਉਹਦੀ ਗਰੰਟੀ ਆਪਣੀ ਜਿਹੜੀ ਉਹ ਖਤਮ ਹੋ ਜਾਂਦੀ ਆ ਉਹ ਹੈਗਾ ਇੱਕ ਡਿਫਰੈਂਟ ਪਾਰਟ ਉਹਦੇ 'ਤੇ ਆਪਾਂ ਕਦੇ ਫੇਰ ਝੱਟ ਮਾਰਾਂਗੇ ਅੱਜ ਦੀ ਜਿਹੜੀ ਗੱਲ ਆ ਇਹ ਹੈਗੀ ਆ ਮਿਊਜ਼ਿਕ ਸਿਸਟਮ ਦੀ ਲਾਈਟਾਂ ਦੀ ਇਹਦੇ ਬਾਰੇ 'ਚ ਆਪਾਂ ਗੱਲ ਕਰਦੇ ਹਾਂ ਟਰੈਕਟਰ ਕੋਲ ਲੈ ਕੇ ਚੱਲਦੇ ਇਹ ਸਾਫ਼ ਕਰ ਦੇਣਾ ਚਾਹੁੰਦਾ ਇੱਥੇ ਕਿ ਜਿਹੜਾ CRDI ਟਰੈਕਟਰ ਆ ਬਾਈ ਜੀ ਉਹ ਇੱਥੇ ਤੱਕੇ ਆ ਇੱਥੇ ਤੱਕ ਜਿਹੜਾ ਪਿੱਛੋਂ ਉਹਦਾ ਕੋਈ ਜਗਾੜ ਆ ਉਹਦਾ ਕੋਈ CRDI ਨਾਲ ਲੈਣਾ ਦੇਣਾ ਨਹੀਂ 1% ਵੀ ਕੋਈ ਲੈਣਾ ਦੇਣਾ ਨਹੀਂ ਇੱਥੇ ਤੱਕੇ ਬਸ ਆ ਇੰਜਣ ਆ ਚੈਂਬਰ 'ਚ ਥੋੜ੍ਹਾ ਜਿਹਾ ਤੇਲ ਜ਼ਰੂਰ ਵੱਧ ਪੈਂਦਾ ਉਹ ਇੱਕ ਅਲੱਗ ਗੱਲ ਆ ਬੈਟਰੀ ਵਾਲੇ ਪਾਸੇ ਚੱਲਦੇ ਹਾਂ ਆਪਾਂ ਕਾਰਾਂ ਦੇ ਆਪਾਂ ਨੋਰਮਲੀ ਕੀ ਕਰਦੇ ਹਾਂ ਜਿੰਨੀਆਂ ਕਾਰਾਂ ਨੂੰ ਕੋਈ ਐਕਸਟਰਾ ਸਪਲਾਈ ਦਿੰਦੇ ਹਾਂ ਆਹ ਮੇਨ ਟਰਮੀਨਲ ਜਿਹੜਾ ਬੈਟਰੀ ਦਾ ਇਹ ਤੋਂ ਆਪਾਂ ਚੱਕਦੇ ਹਾਂ ਉਹਨੂੰ ਹੋਰ ਉਹਦੀ ਤਾਰ ਤੂਰ ਕੋਈ ਨਹੀਂ ਵੱਢ ਟੁੱਕ ਹੁੰਦੀ ਸੇਮ ਥਿੰਗ ਇਹਦੇ 'ਚ ਟਰੈਕਟਰਾਂ 'ਚ CRDI-ਆਂ 'ਚ ਤੁਸੀਂ ਮੇਨ ਸਪਲਾਈ ਤੋਂ ਜਿੱਦਾਂ ਮਰਜ਼ੀ ਕੋਈ ਡੈੱਕ ਮਿਊਜ਼ਿਕ ਸਿਸਟਮ ਲਾ ਦਿਓ ਹੁਣ ਜਿਹੜੀ ਆਹ ਇੰਟਰਨਲ ਸਪਲਾਈ ਲਾਈਟਾਂ ਦੀ ਹੋ ਗਈ ਹੈ ਨਾ ਜਾਂ ਇੱਧਰ ਨੂੰ ਉਹਦੀ ਸਪਲਾਈ ਜਾਂਦੀ ਹੋਊਗੀ ਜਿਵੇਂ ਇਹਦੇ ਤਾਂ ਚਲੋ ਉਹ ਸਿਸਟਮ ਨਹੀਂ ਆ ECU ਲੱਗਿਆ ਹੋਊ ਉਹਦੇ ਉਹਦੀ ਕੋਈ ਤਾਰ ਆਪਾਂ ਵੱਢਣੀ ਟੁੱਕਣੀ ਨਹੀਂ ਹੈਗੀ ਮੇਨ ਜਿਹੜੀ ਬੈਟਰੀ ਦੀ ਸਪਲਾਈ ਆ ਉਹ 'ਚ ਤੁਸੀਂ ਕਿਤੋਂ ਵੀ ਡੈੱਕ ਲਾ ਸਕਦੇ ਹੋ ਮੈਂ ਇੰਨਾ ਕੁ ਮੈਨੂੰ ਪਤਾ ਕਿ ਐਡਾ ਕੋਈ ਪਹਾੜ ਨਹੀਂ ਟੁੱਟਣ ਲੱਗਿਆ ਕਾਰਾਂ 'ਚ ਕਿੱਡੇ ਕਿੱਡੇ ਮਿਊਜ਼ਿਕ ਸਿਸਟਮ ਲੱਗੇ ਹੋਏ ਨੇ ਕਾਰਾਂ 'ਚ ਕਿੱਡੇ ਕਿੱਡੇ ਬਕਸੇ ਐਂਪ ਲੱਗੇ ਹੋਏ ਨੇ ਕਿੰਨੀਆਂ ਕਿੰਨੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਫੈਕਟ ਆਫ ਦੀ ਮੈਟਰ ਇਜ਼ ਕਿ CRDI ਟਰੈਕਟਰ 'ਤੇ ਡੈਫੀਨੇਟਲੀ ਡੈੱਕ ਲੱਗ ਸਕਦਾ ਗਰੰਟੀ ਵਾਰੰਟੀ ਵਾਲਾ ਉਹ ਇੱਕ ਅਲੱਗ ਮੁੱਦਾ ਅਤੇ ਫਿਰ ਕਿਤੇ ਦੇਖਾਂਗੇ ਪਤਾ ਕਰਦੇ ਉਹਦਾ ਕੀ ਤਰੀਕਾਕਾਰ ਆ ਇੱਥੋਂ ਜੇ ਤੁਸੀਂ ਮਿਊਜ਼ਿਕ ਨੂੰ ਕਰੰਟ ਦੇਣਾ ਇੱਥੋਂ ਹੀ ਤੁਸੀਂ ਲਾਈਟਾਂ ਨੂੰ ਦੇਣਾ ਕੋਈ ਵੀ ਫਰਕ ਸਿਰਫ ਇਹ ਹੋਊਗਾ ਜਿਵੇਂ ਆਹ ਲਾਈਟਾਂ ਨੇ ਇੱਥੋਂ ਨਹੀਂ ਉਹਨੂੰ ਕਰੰਟ ਦੇਣਾ ਉਹਦੀ ਇਲੈਕਟ੍ਰੋਨਿਕ ਸਪਲਾਈ ਜਿਹੜੀ ਉਹ ਡਿਸਟਰਬ ਹੁੰਦੀ ਹੈ ਉਹਨੂੰ ਤੁਸੀਂ ਕੋਈ ਵੀ ਚੀਜ਼ ਆ ਅਰਥ ਕਰੰਟ ਸਿੱਧਾ ਬੈਟਰੀ ਤੋਂ ਚੱਕ ਲੈਣਾ ਬਸ ਦੂਜੀ ਤੀਜੀ ਹੋਰ ਕੋਈ ਗੱਲ ਨਹੀਂ ਅਗਲੀ ਗੱਲ ਕੀ ਆ ਕਿ ਮੰਨ ਕੇ ਚੱਲੋ ਇਹ ਵੀ ਮੈਂ ਕਲੀਅਰ ਕਰ ਦਿੰਦਾ ਵੀ ਕਿਉਂ ਉਹਦੇ 'ਤੇ ਲਾਈਟਾਂ ਦਾ ਡੈੱਕ ਦਾ ਥੋੜ੍ਹਾ ਜਿਹਾ ਇਸ਼ੂ ਬਣਦਾ ਹੁਣ ਮੰਨ ਕੇ ਚੱਲੋ ਇਹਦਾ ਆਹ ਇੱਕ ECM ਲੱਗਿਆ ਹੋਇਆ ਇਹ ਕਾਹਦਾ ਇਹ ਤਾਂ ਇਹਦਾ EZR ਦਾ ਇੱਦਾਂ ਉਹਦੇ ਇੱਕ ECU ECM ਲੱਗਿਆ ਹੋਇਆ ਉਹ ਇੱਕ ਮਤਲਬ ਥੋੜ੍ਹੀ ਜਿਹੀ ਸਫੈਸਟੀਕੇਟਡ ਚੀਜ਼ ਹੁੰਦੀ ਆ ਸੈਂਸਿਟਿਵ ਹੁੰਦੀ ਆ ਉਹਨੂੰ ਇੱਕ ਮਤਲਬ ਕਿ ਬਣਦੀ ਇਲੈਕਟ੍ਰੋਨਿਕ ਸਪਲਾਈ ਉਹਦੇ ਐਪ ਵੀ ਇੰਨਾ ਕੁ ਸਾਨੂੰ ਜਿਹੜਾ ਕਰੰਟ ਆ ਇੰਨੀ ਵੋਲਟੇਜ ਹੋਣੀ ਚਾਹੀਦੀ ਆ ਜਦੋਂ ਆਪਾਂ ਕੋਈ ਐਕਸਟਰਾ ਚੀਜ਼ ਉਹਦੇ 'ਤੇ ਆਪਾਂ ਕੋਈ ਐਕਸਟਰਾ ਚੀਜ਼ ਲਾਈਟਾਂ ਹੈ ਨਾ ਮਿਊਜ਼ਿਕ ਸਿਸਟਮ ਜੋ ਵੀ ਆਪਾਂ ਲਾਵਾਂਗੇ ਉਹਦੇ ਨਾਲ ਕੀ ਹੁੰਦਾ ਜਿਹੜੀ ECM ਨੂੰ ਸਪਲਾਈ ਜਾਂਦੀ ਆ ਉਹ 'ਚ ਵਿਘਨ ਪੈਂਦਾ ECM ਉਹਦੀ ਰੇਲ ਨਾਲ ਜੁੜਿਆ ਹੋਇਆ ਸਾਰੇ ਸੈਂਸਰਾਂ ਨਾਲ ਜੁੜਿਆ ਹੋਇਆ ਉਹਦੇ ਸਪਲਾਈ 'ਚ ਵਿਘਨ ਪੈਂਦਾ ਫਰਕ ਪੈਂਦਾ ਪਰ ਉਹਦੀ ਵੀ ਐਡਜਸਟਮੈਂਟ ਆ ਜਿਹੜੀ ਹੋ ਸਕਦੀ ਆ ਉਹਨੂੰ ਮੀਟਰਾਂ ਨਾਲ ਕਿਸੇ ਵੋਲਟ ਮੀਟਰ ਨਾਲ ਚੈੱਕ ਕਰਕੇ ਉਹਦੀ ਜਿਹੜੀ ਬੈਟਰੀ ਆ ਉਹ ਵੱਡੀ ਰੱਖੀ ਜਾ ਸਕਦੀ ਆ ਮੰਨ ਕੇ ਚਲੋ ਵੋਲਟ ਤਾਂ 12 ਹੀ ਰੱਖਣੀ ਆ ਪਰ ਉਹ ਜ਼ਿਆਦਾ ਐਂਪ ਦੀ ਰੱਖੀ ਜਾ ਸਕਦੀ ਆ
ਐਡਾ ਵੀ ਕੋਈ ਪਹਾੜ ਨਹੀਂ ਜਿਹੜਾ ਅਲਟੀਨੇਟਰ ਆ ਚਾਰਜਿੰਗ ਕਰਨ ਵਾਲੀ ਯੂਨਿਟ ਆ ਉਹ ਵੀ ਤਬਦੀਲ ਕੀਤੀ ਜਾ ਸਕਦੀ ਆ ਉਹਨੂੰ ਮੁੜ ਮੇਨਟੇਨ ਕੀਤਾ ਜਾ ਸਕਦਾ ਉਹ ਜਿਹੜੀ ਇਲੈਕਟ੍ਰੋਨਿਕ ਸਪਲਾਈ ਆ ਸਮਝਿਓ ਗੱਲ ਕੋਈ ਇੱਦਾਂ ਦੀ ਡਰਨ ਡੱਪਣ ਵਾਲੀ ਲੋੜ ਹੈ ਨਹੀਂ ਜਿਹੜਾ ਉੱਦਾਂ ਹੀ ਪ੍ਰਚਾਰਿਆ ਜਾ ਰਿਹਾ ਕਿ ਡੈਕ ਦੀ ਪਾਬੰਦੀ ਲਾਤੀ ਫਲਾਣੇ ਦੀ ਪਾਬੰਦੀ ਲਾਤੀ ਧਿਮਕੇ ਦੀ ਪਾਬੰਦੀ ਲਾਤੀ ਕੋਈ ਇਹੋ ਜਿਹਾ ਚੱਕਰ ਆ ਜਿਹੜਾ ਉਹ ਹੈ ਨਹੀਂ ਇਸ ਗੱਲੋਂ ਤੁਹਾਨੂੰ ਡਰਨ ਦੀ ਜਿਹੜੀ ਕੋਈ ਲੋੜ ਨਹੀਂ ਫੈਕਟ ਕੀ ਆ ਤੁਸੀਂ ਜਿਹੜੀ ਸਪਲਾਈ ਆ ਉਹਨੂੰ ਸਿੱਧੀ ਦੇਣੀ ਹੈ ਅਗਲੀ ਗੱਲ ਰਹੀ ਲਾਈਟਾਂ ਦੀ ਹੋਰਨਸ ਜੇ ਐਕਸਟਰਾ ਲਾਉਣੇ ਨੇ ਆਪਾਂ ਲਾਈਟਾਂ ਜਾਂ ਹੋਰਨ ਵੀ ਐਕਸਟਰਾ ਲਾ ਸਕਦੇ ਹਾਂ ਕੋਈ ਬੜੀ ਗੱਲ ਨਹੀਂ ਸਿੱਧੀ ਜਿਹੜੀ ਤਾਰ ਆ ਉਹ ਬੈਟਰੀ ਤੋਂ ਚੱਕ ਕੇ ਸੁੱਚ ਲਾ ਦਿਓ ਲੱਗ ਜਾਣਾ ਠੀਕ ਆ ਉਹਦਾ ਕੋਈ ਉਹਦਾ ਅਲੱਗ ਤੋਂ ਇੱਕ ਫਿਊਜ਼ ਸਿਸਟਮ ਵੀ ਲੱਗ ਸਕਦਾ ਹੈ ਨਾ ਐਡੀ ਯਾਰ ਕੋਈ ਵੱਡੀ ਗੱਲ ਨਹੀਂ ਜਿੱਡਾ ਇਹ ਪ੍ਰਚਾਰਿਆ ਜਾਂਦਾ ਹੁਣ ਤੁਸੀਂ ਕਾਰਾਂ ਦੇ ਕਿਹੜਾ ਮੁੰਡਾ ਨਹੀਂ ਉਹਦੇ ਸਮਾਨ ਲਵਾਈ ਫਿਰਦਾ ਜਾਂ ਨਹੀਂ ਅਗਲੀ ਗੱਲ ਆ ਹੁਣ ਫੋਰ ਐਨ ਐਗਜ਼ਾਮਪਲ ਮੰਨ ਲਓ ਵੀ ਤੁਸੀਂ ਟਰੈਕਟਰ ਨੂੰ ਏਸੀ ਕੈਬਨ ਕਰਾਉਣ ਲੱਗੇ ਹੋ ਫਿਰ ਕਿਤੇ ਹੁਣ CRDS ਵਾਲਾ ਏਸੀ ਕੈਬਨ ਨਹੀਂ ਹੋਊਗਾ ਏਸੀ ਕੈਬਨ ਦਾ ਮੰਨ ਲਓ ਉਹ ਯੂਨਿਟ ਚੱਲਣੀ ਆ ਕਿੰਨੀ ਉਹਨੇ ਬਿਜਲੀ ਖਾਣੀ ਆ ਪੱਖਾ ਚੱਲਣਾ ਅੰਦਰ ਬਲੋਰ ਚੱਲਣੇ ਨੇ ਉਹਦੀਆਂ ਲਾਈਟਿੰਗ ਸਿਸਟਮ ਹੈ ਨਾ ਉਹ ਵੀ ਸਾਰਾ ਕੁਛ ਲੱਗ ਸਕਦਾ ਉਹਦੀ ਪੋਸੀਬਿਲਿਟੀ ਉਹਦੀ ਗੁੰਜਾਇਸ਼ ਰੱਖੀ ਹੋਈ ਆ ਹੈਗੀ ਆ ਕੋਈ ਇਹੋ ਜਿਹੀ ਗੱਲ ਨਹੀਂ ਹੁਣ ਥੋੜ੍ਹਾ ਜਿਹਾ ਮੈਂ ਕਾਰਾਂ 'ਤੇ ਵੀ ਆ ਕੇ ਤੁਹਾਨੂੰ ਸਮਝਾਊਂਗਾ ਕਾਰ ਮੰਨ ਲਓ ਅੱਜ ਆਪਾਂ ਨਵੀਂ ਲੈ ਲਈ ਆਉਂਦੀ ਸਾਰ ਆਪਾਂ ਐਪ ਲਾਉਂਦੇ ਹਾਂ ਉਹਦੇ ਐਪ ਕਿੱਥੋਂ ਐਪ ਆਪਾਂ ਵਿੱਚ ਧਰ ਕੇ ਸੀਟ ਦੇ ਲਏ ਮੈਂ ਤਾਂ ਨਹੀਂ ਕਦੇ ਜ਼ਿੰਦਗੀ 'ਚ ਮੈਂ ਤਾਂ ਕਦੇ ਸਕਰਿਊ ਨਹੀਂ ਖੋਲਿਆ ਕਾਰ ਦਾ ਤੁਸੀਂ ਤਾਰ ਪਾਉਂਦੇ ਹੋ ਸਿੱਧੀ ਤਾਰ ਕਿੱਥੇ ਜੁੜੀ ਹੁੰਦੀ ਆ ਸਿੱਧੀ ਮੇਨ ਟਰਮੀਨਲ 'ਤੇ ਅਰਥ ਕਰੰਟ 'ਤੇ ਤੁਹਾਡੇ ਮੇਨ ਬੈਟਰੀ 'ਤੇ ਬੈਟਰੀ ਤੋਂ ਹੀ ਸਿੱਧੀ ਉਹਦੀ ਸੁੱਚ ਸਿਸਟਮ ਹੁੰਦਾ ਉਹਦੇ ਤੋਂ ਹੀ ਕੰਮ ਕਰਦੀ ਉਹ ਖਿੱਚਣ ਵਾਲੀ ਸੁੱਚ ਲੱਗੀ ਹੁੰਦੀ ਆ ਇੱਦਾਂ ਹੀ ਜਿਹੜੀਆਂ ਲਾਈਟਾਂ ਨੇ ਸਿੱਧੀਆਂ ਤੁਸੀਂ ਟਰਮੀਨਲਾਂ ਤੋਂ ਲਾ ਲਓ ਕੋਈ ਵੱਡੀ ਆ ਜਿਹੜੀ ਉਹ ਸਮੱਸਿਆ ਹੈ ਨਹੀਂ ਇੰਨਾ ਨਹੀਂ ਕਿ ਕੋਈ ਐਂ ਉਹ 'ਚ ਵਿਘਨ ਪੈਣ ਲੱਗਿਆ ਹਾਂ ਉਹ 'ਚ ਫਰਕ ਪੈਂਦਾ ਕਿਉਂਕਿ ਸੈਂਸਰ ਸਾਰੇ ਇੱਕ ਸਰਟਨ ਐਪ ਜਿੰਨੀ ਉਹਨਾਂ ਨੂੰ ਨੀਡ ਆ ਬਿਜਲੀ ਦੀ ਬਣੀ ਤਣੀ ਦੀ ਉਨੀ ਚਾਹੀਦੀ ਹੁੰਦੀ ਆ ਪਲੱਸ ਉਹ 'ਚ ਇੱਕ ਹੋਰ ਥੋੜ੍ਹਾ ਜਿਹਾ ਹੁੰਦੀ ਆ ਮੈਂ ਭੁੱਲ ਗਿਆ ਸੀ ਜਿਹੜਾ DC ਕਰੰਟ ਆ ਇਹ 'ਚ ਲੀਕ ਹੋਣ ਦੀ ਸਮੱਸਿਆ ਹੁੰਦੀ ਆ AC ਤਾਰ ਤੁਸੀਂ ਮਾੜੀ ਜਿਹੀ ਲਾ ਦਿਓ ਜਿਹੜੇ ਸਪਾਰਕ ਜੀ ਕਰਕੇ ਚੱਲ ਪਊ DC ਕਰੰਟ ਆਪਾਂ ਦੇਖਦੇ ਹਾਂ ਟਰਮੀਨਲਾਂ 'ਤੇ ਆਪਾਂ ਜੁੱਤੀਆਂ ਮਾਰਦੇ ਹਾਂ ਥੋੜ੍ਹਾ ਮਾਰਦੇ ਹਾਂ ਲੱਗਿਆ ਲਗਾਇਆ ਵੀ ਲੀਕ ਹੋਈ ਜਾਂਦਾ ਇਹ 'ਚ ਲੀਕ ਹੋਣ ਦੀ ਸਮੱਸਿਆ ਹੁੰਦੀ ਆ ਜਿਵੇਂ ਆਪਣਾ ਮਿਊਜ਼ਿਕ ਸਿਸਟਮ ਦਾ ਕਰੰਟ ਵੀ ਕਈ ਵਾਰ ਲੀਕ ਹੁੰਦਾ ਰਹਿੰਦਾ ਉਹਦੇ ਨਾਲ ਜਿਹੜਾ CRDS ਸਿਸਟਮ ਹੁੰਦਾ ਉਹਦੇ ਨਾਲ ਥੋੜ੍ਹੀ ਜਿਹੀ ਲੀਕੇਜ ਹੋਣ ਲੱਗ ਜਾਂਦੀ ਆ ਜਿੱਦਾਂ ਆਪਾਂ ਕਿਤੋਂ ਜੋੜ ਪਾ ਲਿਆ ਉੱਥੋਂ ਸਪਲਾਈ ਲੀਕ ਹੋਣ ਲੱਗ ਜਾਂਦੀ ਹੈ ਲੀਕ ਕਿ ਉਹ ਜਿੱਥੋਂ DC ਜਿਹੜਾ ਕੋਈ ਟਰਮੀਨਲ ਆ ਤਾਰ ਉਹ ਪ੍ਰੋਪਰ ਜੁੜੀ ਹੋਣੀ ਚਾਹੀਦੀ ਆ ਉਹਦੇ ਕਰਕੇ ਉਹ ਫਲੈਕਚੁਏਟ ਕਰਦੀ ਆ ਜਾਂ ਕੋਈ ਵੀ ਕਰੰਟ ਦੀ ਸਪਲਾਈ ਟਰੈਕਟਰ ਦੀ ਫਲੈਕਚੁਏਟ ਜੇ ਕਰੂਗੀ ECM ਨੂੰ ਵੀ ਬਿਜਲੀ ਫਲੈਕਚੁਏਟ ਕਰੂਗੀ ਉਹਦੇ ਨਾਲ ਉਹਦੀ ਪਰਫੋਰਮੈਂਸ ਦਾ ਫਰਕ ਪੈ ਸਕਦਾ ECM ਖਰਾਬ ਹੋ ਸਕਦਾ ਬਾਕੀ ਕਾਰਾਂ ਨਾਲੋਂ ਟਰੈਕਟਰਾਂ ਦਾ ਕਾਫੀ ਫਰਕ ਵੀ ਰੱਖਿਆ ਜਾਂਦਾ ਕਾਰਾਂ ਬਹੁਤ ਮੰਨ ਲਓ ਸੈਂਸਿਟਿਵ ਹੁੰਦੀਆਂ ਨੇ ਟਰੈਕਟਰ ਵਾਂਗ ਐਗਰੀਕਲਚਰ ਮਸ਼ੀਨਰੀ ਵਾਂਗ ਡਿਜ਼ਾਈਨ ਕੀਤੇ ਗਏ ਨੇ ECM ਵੀ ਬੜਾ ਸਿਸਟਮ ਨਾਲ ਲਾਇਆ ਗਿਆ ਕਿ ਐਂ ਝਟਕੇ ਝੁਟਕੇ ਨਾ ਉਹ ਖਰਾਬ ਖਰੂਬ ਹੋਣ ਵਾਲਾ ਨਹੀਂ ਹੈਗਾ ਜੇ ਤੁਸੀਂ ਕਹੋ ਬਾਕੀ ਜਿਹੜੇ ਸੈਂਸਰ ਨੇ ਉਹਨਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਸੈਂਸਰ ਕੋਈ ਕੱਚ ਦਾ ਸਮਾਨ ਨਹੀਂ ਹੈਗਾ ਦੁਨੀਆ 'ਤੇ CRDS ਚੀਜ਼ਾਂ ਚੱਲ ਰਹੀਆਂ ਨੇ ਕਾਰਾਂ ਨਹੀਂ ਚੱਲ ਰਹੀਆਂ ਯਾਰ ਕਿਹੜੀ ਸਾਲੀਆਂ ਫੋਰਚੂਨਰ ਆ ਪੰਜ 6 ਲੱਖ ਚੱਲੀਆਂ ਫਿਰਦੀਆਂ ਨੇ ਆ ਨਵੀਆਂ ਆਪਣੇ ਕੁਛ ਹੁਣ ਚੱਲੇ ਰਹੀਆਂ ਨੇ ਆਪਾਂ ਕਿਹੜਾ ਕਦੇ CRDS ਪਹਿਲਾਂ ਮੇਰੇ ਕੋਲ ਐਸੈਂਟ ਸੀ ਲੱਖਾਂ ਹੀ ਕਿਲੋਮੀਟਰ ਚਲਾਤੀ ਸੀ ਕੋਰੀ ਗੱਡੀ ਕੋਈ ਕਦੇ ਉਹਨੇ ਮੰਨ ਕੇ ਚੱਲੋ 17-18 ਸਾਲਾਂ 'ਚ ਇੱਕ ਵੀ ਕਦੇ ਉਹਦਾ ਸੈਂਸਰ ਨਹੀਂ ਚੜਿਆ ਸੈਂਸਰ ਲਾਈਫ ਟਾਈਮ ਚੀਜ਼ ਆ ਸਮਝਦੇ ਹੋ ਐਡਾ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ ਜੀ ਸਦ ਕੇ ਖੁੱਲ੍ਹ ਕੇ ਲਓ ਥੋੜ੍ਹੀ ਜਿਹੀ ਉਹਦੀ ਸਾਂਭ ਸੰਭਾਲ ਦੀਆਂ ਚੀਜ਼ਾਂ ਨੇ ਉਹ ਮੈਂ ਅਗਲੀ ਵੀਡੀਓ 'ਚ ਸਾਰੀਆਂ ਤੁਹਾਨੂੰ ਕਲੀਅਰ ਕਰੂੰਗਾ ਦੱਸੂੰਗਾ ਤੋ ਜੇ ਕੋਈ ਸੱਜਣ CRDS ਲੈਣ ਦਾ ਵਿਚਾਰ ਕਰ ਰਿਹਾ ਇਸ ਕਰਕੇ ਨਾ ਉਹਨੂੰ ਦਰਕਾਰ ਦਿਓ ਕਿ ਇਹਦੇ 'ਤੇ ਤਾਂ ਮਿਊਜ਼ਿਕ ਨਹੀਂ ਲੱਗਣਾ ਇਹਦਾ ਜਿੰਨਾ ਚਿਰ ਜੱਟ ਜੇ ਆਉਂਦੇ ਨੇ ਮਿਊਜ਼ਿਕ ਲਾਉਣੋਂ ਆਪਾਂ ਕਿੱਥੋਂ ਹਟ ਸਕਦੇ ਹਾਂ ਟਰੈਕਟਰ ਨਾ ਲੈਣਾ ਮਨਜ਼ੂਰ ਇਹ ਬਾਕੀ ਅਗਲੀ ਗੱਲ ਇਹ ਥੋੜ੍ਹੀ ਜਿਹੀ ਐਡ ਆਨ ਕਰੂੰਗਾ ਕਿ ਕੰਪਨੀਆਂ ਨੇ ਵੀ ਇਹ ਜੁਗਾੜ ਕਰਨੇ ਨੇ ਕੰਪਨੀਆਂ ਨੇ ਵੀ ਗੁੰਜਾਇਸ਼ ਰੱਖਣੀ ਆ ਇਹ ਨਹੀਂ ਪਤਾ ਕਿ ਫਿਊਚਰ 'ਚ ਕੰਪਨੀਆਂ ਤੁਹਾਨੂੰ ਸਪੈਸ਼ਲ ਸੌਕਟ ਜਾਂ ਪੋਰਟ ਹੀ ਦੇਣ ਲੱਗ ਜਾਣ ਕਿਉਂਕਿ ਮਾਰਕੀਟ 'ਚ ਖੇਡਣ ਵਾਸਤੇ ਸਾਰਾ ਕੁਛ ਕਰਨਾ ਪੈਂਦਾ ਮਿਊਜ਼ਿਕ ਸਿਸਟਮ ਤਾਂ ਨਹੀਂ ਲਾ ਕੇ ਦੇ ਸਕਦੇ ਚਲੋ ਪਤਾ ਨਹੀਂ ਹੁਣ ਕੀ ਬੁਧਨੀ ਦਾ ਜਾਂ ਟਰਾਂਸਪੋਰਟ ਦਾ ਗਵਰਨਮੈਂਟ ਦਾ ਕੀ ਸਿਸਟਮ ਹੋਊਗਾ ਮੈਨੂੰ ਐਗਜੈਕਟ ਉਹਦਾ ਬਾਰੇ ਪਤਾ ਨਹੀਂ ਹੈ ਮੈਂ ਝੂਠ ਚੋਦਾ ਪਰ ਤੁਹਾਨੂੰ ਸਪੈਸ਼ਲ ਇਹ ਨਹੀਂ ਪਤਾ ਕੰਪਨੀ ਕੋਈ ਸੌਕਟ ਹੀ ਦੇ ਦੇਵੇ ਉਹਦੇ 'ਤੇ ਜਿੱਦਾਂ ਕਾਰ 'ਚ ਲਿਖਿਆ ਹੁੰਦਾ 12 ਵੋਲਟ
ਸੌਫਟ ਨਹੀਂ ਲੱਗਦਾ ਜਿੱਥੋਂ ਮੋਬਾਈਲ ਚਾਰਜ ਕਰ ਜਾਂਦਾ, ਸਿਗਰਟ ਚਾਰਜਰ ਲੱਗਦਾ ਆਪਾਂ ਨੂੰ ਉਹ 'ਚ, ਕੋਈ ਇਹ ਵੀ ਕੀ ਪਤਾ ਕੰਪਨੀਆਂ ਕੱਲ੍ਹ ਨੂੰ ਕੋਈ ਜਗ੍ਹਾ ਹੀ ਛੱਡ ਦੇਣ ਵੀ ਭਾਈ ਜਿਹਦਾ ਮਸਲਾ ਹੱਲ ਨਹੀਂ ਹੁੰਦਾ ਇੱਥੇ ਪਲੱਗ ਲਾ ਲਓ। ਹੁਣ ਮੈਂ ਕਾਰ ਦੀ ਗੱਲ ਐਡ ਕਰਦਾ, ਆਪਾਂ ਕਹਿੰਦੇ ਵੀ ਪੈਨਾ ਵੀ ਸੈਂਸਿਟਿਵ ਸਿਸਟਮ, ਕਾਰ 'ਚ ਸਿਗਰਟ ਵਾਲਾ ਉਹ ਥੋੜ੍ਹਾ ਹੁੰਦਾ ਬਟਨ ਜਿਹਾ, ਕਿੰਨਾ ਲੋਡ ਲੈਂਦਾ ਉਹ, ਸਪਰਿੰਗ ਸਾਲਾ ਲਾਲ ਹੋ ਜਾਂਦਾ, ਦੱਬ ਕੇ ਦੇਖਿਓ ਕਦੇ ਕੀ, ਫਿਰ ਉਹਦੇ ਨਾਲ ਸਪਲਾਈ ਨਹੀਂ ਫਲੈਕਚੁਏਟ ਹੁੰਦੀ, ਉਹ ਕਿਹੜਾ ਹਰ ਵਕਤ 'ਤੇ ਲੱਗਿਆ ਰਹਿੰਦਾ, ਤਾਂ ਉਹ ਦੱਬਣ ਨਾਲੇ ਸਪਲਾਈ ਪ੍ਰਭਾਵਿਤ ਹੋ ਜਾਇਆ ਕਰੇ, ਐਂ ਨਹੀਂ ਕੁਛ ਹੋਣ ਲੱਗਿਆ। ਐਡਾ ਕੋਈ ਕੱਚ ਦਾ ਸਮਾਨ ਨਹੀਂ ਹੈਗਾ ਸੀ ਆਰ ਡੀ ਏ, ਉਹ 'ਚ ਸਾਰੀ ਗੁੰਜਾਇਸ਼ ਛੱਡੀ ਗਈ ਆ, ਅਤੇ ਤੁਹਾਡਾ ਮਸਲਾ ਉਹਦੇ ਨਾਲ ਹੱਲ ਹੋ ਜਾਣਾ। ਹੋ ਸਕਦਾ ਕੋਈ ਸੌਫਟ ਮਿਲ ਜਾਵੇ, ਏ ਸੀ ਤਾਂ ਟਰੈਕਟਰ ਕੋਈ ਵੀ ਕਰਾ ਸਕਦਾ, ਕੈਮਲ ਲਾ ਸਕਦਾ, ਹੁਣ ਸੇਮ ਸੀ ਆਰ ਡੀ ਏ ਟਰੈਕਟਰ ਦੇ ਵਿੱਚ ਹੀ ਕੈਬਨ ਵੀ ਲੱਗਿਆ ਹੋਊਗਾ। ਮੰਨ ਲਓ 969 ਆ ਗਿਆ ਸੀ ਆਰ ਡੀ ਏ, ਕੱਲ੍ਹ ਨੂੰ ਹੁਣ ਏ ਸੀ ਕੈਬਨ ਦਾ ਪ੍ਰਾਵਧਾਨ ਰੱਖੇ, ਜੌਂਡੀਅਰ 'ਚ ਆ ਰਿਹਾ, ਇੱਕ ਸੀ ਆਰ ਡੀ ਏ ਟਰੈਕਟਰ ਏ ਸੀ ਕੈਬਨ ਆ, ਇੱਕ ਨੌਨ ਏ ਸੀ ਕੈਬਨ ਆ, ਬਣਤਰ ਤਾਂ ਆਲਮੋਸਟ ਉਹਦੀ ਵੀ ਉੱਦਾਂ ਦੀ ਉਹ ਆ, ਸਮਝਿਓ। ਸੋ ਕੋਈ ਵੀ ਐਕਸੈਸਰੀ ਤੁਸੀਂ ਐਡ ਕਰ ਸਕਦੇ, ਲਾ ਸਕਦੇ ਹੋ, ਬੈਟਰੀ ਵੱਡੀ ਰੱਖੀ ਜਾ ਸਕਦੀ ਆ, ਵੱਡੇ ਐਂਪ ਦੀ ਅਲਟੀਨੇਟਰ ਵੀ ਕੰਪਨੀ ਨਾਲ ਸਲਾਹ ਮਸ਼ਵਰਾ ਕਰਕੇ ਜਿਹੜਾ ਤਬਦੀਲ ਕੀਤਾ ਜਾ ਸਕਦਾ ਹੌਲੀ ਹੌਲੀ। ਮਿਸਤਰੀਆਂ ਨੇ ਵੀ ਸਮਝ ਜਾਣਾ, ਜੁੜ ਜਾਣਾ ਟੈਕਨੋਲੋਜੀ ਨਾਲ। ਹੁਣ ਕਾਰਾਂ ਦਾ ਕਿਹੜਾ ਇਹੋ ਜਿਹਾ ਮੈਨੂੰ ਦੱਸੋ ਮਿਸਤਰੀ ਆ ਜਿਹੜਾ ਸੀ ਆਰ ਡੀ ਕਾਰਾਂ ਦਾ ਕੰਮ ਨਹੀਂ ਜਾਣਦਾ, ਕਿਉਂਕਿ ਮੋਸਟ ਪ੍ਰੋਬੇਬਲੀ ਕਾਰਾਂ ਤਾਂ 99% ਹੁਣ ਸੀ ਆਰ ਡੀ ਨੇ, ਇੱਕ ਅੱਧਾ ਪੈਸਾ ਰਹਿ ਗਿਆ ਹੋਣੀ ਆ ਡੀ ਆਈ, ਸਾਰੀਆਂ ਦੇ ਲਾਈਟਾਂ ਲੱਗੀਆਂ ਮੈਨੇ, ਆਹ ਮੈਂ ਇੱਥੇ ਦੇਖਦਾ ਹੁੰਦਾ ਸੜਕ ਤਾਂ ਉੱਡ ਉੱਡ ਬੱਲਬ ਲਾਈ ਜਾਂਦੇ ਨੇ, ਹੁਣ 18 ਨੂੰ ਕਿੰਨਾ ਰੀਮੈਪਰਾ ਹੋਇਆ, ਐਡੀਆਂ ਐਡੀਆਂ ਲਾਈਟਾਂ ਉਹਨਾਂ ਦੇ ਲੱਗੀਆਂ ਹੋਈਆਂ ਨੇ, ਕੋਈ ਪ੍ਰੋਬਲਮ ਕਦੇ ਆਈ? ਸੋ ਇਹੀ ਜੀ ਆਪਾਂ ਭੇਡ ਚਾਲ 'ਚ ਨਾ ਪਈਏ, ਮੇਰਾ ਖਿਆਲ ਸਾਰਾ ਕੁਛ ਕਲੀਅਰ ਆ, ਜੇ ਨਾ ਕਲੀਅਰ ਹੋਇਆ ਦੱਸ ਦਿਓ। ਆਉਣ ਵਾਲੀਆਂ ਜਿਹੜੀਆਂ ਹੁਣ ਇਹਦੀਆਂ ਮੇਰੀਆਂ ਸੀਰੀਜ਼ ਨੇ ਉਹ ਮੈਂ ਪਾਊਂਗਾ ਕੀ ਪ੍ਰੋਬਲਮ ਆ ਸਕਦੀਆਂ ਨੇ ਸੀ ਆਰ ਡੀ 'ਚ, ਮੰਨ ਲਓ ਪੋਸੀਬਿਲਿਟੀ ਕੀ ਆ, ਕੁੱਡ ਬੀ ਦਾ ਸਵਾਲ ਆ ਜਾਂਦਾ, ਕੁੱਡ ਬੀ ਦਾ ਕਿ ਕੀ ਹੋ ਸਕਦਾ, ਅਤੇ ਉਹ 'ਚ ਸਾਰਾ ਆਪਾਂ ਦੱਸਾਂਗੇ ਕਿ ਸਾਂਭ ਸੰਭਾਲ ਕਿੱਦਾਂ ਕਰਨੀ ਆ, ਦੂਜੇ ਟਰੈਕਟਰ ਤੋਂ ਜਦੋਂ ਸੀ ਆਰ ਡੀ 'ਤੇ ਆਪਾਂ ਸਵਿੱਚ ਹੋਣ ਲੱਗੇ ਹਾਂ ਤਾਂ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਆ ਉਹ ਰੱਖਣਾ ਪੈਣਾ, ਠੀਕ ਆ ਜੀ। ਸੋ ਅੱਜ ਲਈ ਇੰਨਾ ਹੀ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ 'ਤੇ ਮਿਹਰ ਕਰਨ, ਚੜ੍ਹਦੀ ਕਲਾ 'ਚ ਰੱਖਣ, ਇੱਜ਼ਤ ਸਤਿਕਾਰ ਦੀ ਰੋਟੀ ਖਾਈਏ ਸਾਰੇ, ਮਿਹਨਤ ਕਰਕੇ ਇਸ ਪਰਸੈਪਸ਼ਨ ਨੂੰ ਦਿਮਾਗ 'ਚੋਂ ਕੱਢੀਏ ਕਿ ਬੇਈਮਾਨੀ ਅਤੇ ਲੁੱਚਪਣੇ ਨਾਲ ਰੋਟੀ ਮਿਲਦੀ ਆ, ਰੋਟੀ ਇਮਾਨਦਾਰੀ ਨਾਲ ਮਿਲਦੀ ਆ। ਸਤਿ ਸ਼੍ਰੀ ਅਕਾਲ।